ਪੈਲਟ ਹੁੰਦਾ ਸਕੂਲ ਆਫ ਥਾਟ ਹੈ ਉਹਦਾ ਮਕਤਬ ਫਿਕਰ ਹੈਗਾ ਉਹਦੇ ਨਜ਼ਰੀਆਤ ਤੇ ਤਫਕਰਾਤ ਹੈਗੇ ਨੇ ਔਰ ਕਸਮ ਬਾਖੁਦਾ ਇਸ ਵਕਤ ਸਾਡੇ ਮੁਲਕ ਕੌਮ ਸਾਡੇ ਵਿੱਚ ਜਿਤਨੇ ਸਕੂਲ ਆਫ ਥਾਟਸ ਨੇ ਉਹ ਸਾਡੀ ਫਿਕਰੀ ਤਤਹੀਰ ਨਹੀਂ ਕਰ ਸਕਦੇ ਉਹ ਨਾਕਾਮ ਤੇ ਫੇਲ ਹੋ ਚੁੱਕੇ कोई एक ऐसा स्कूल ऑफ थॉट नहीं जिन्हें कोई पॉजिटिव रोल प्ले किया हो असि जीरो तो नीचे माइनस की तरफ जा चुके साडा ड्राइवर गलत था साडा इस जहाज का पैलट गलत था किसी वक्त तो का दिल करे कितने मर्जी में सैर करके पूरे जहाज में ला के तबाह करके रखा स्कूल ऑफ थॉट में एक असेंबली असं कहते पे कुछ ना कुछ उनके इंप्रूवमेंट जरूर करती असी क्यों मुसीबत का शिकार होए पे है कि साडा स्कूल ऑफ थॉट ठीक नहीं है अगर ठीक नहीं है तो सानू अपने आप की अकाउंटेबिलिटी करनी चाहिए यार या फिर इन छड़िए जा कोई ओ तलाश करिए केड़ा साड़ी को फिक्री तहारत का बायस बन सके नवे खमे मुंडे शुंडे जे आया शायद इस टर्मिनोलॉजी ना समझते हो कि मकतबा फिक्र की होंदा है ते फिक्री ततहीर की होंदी है ते तहारत कि बीमारी का ना है भाई ये साबण सोडा ते वो लोटे पानी के भावन का ना नहीं है शैशू शू करते शैम्पू ला लिया कंघी फेर ली तो आखिर पाक साफ हो गई निजात खत्म हो गई इवें की गल है ਇਹ ਕਿਹੜਾ ਮੇਰਾ ਚਿੱਟੀ ਦਾੜੀ ਤੇ ਪਰਵੱਟੇ ਤੇ ਇੱਥੇ ਡੈਂਟ ਸ਼ੈਟ ਪਿਆ ਨਾ ਇਹ ਮੇਰਾ ਫਿਜ਼ੀਕਲ ਚਿਹਰਾ ਇਹ ਮੇਰਾ ਜ਼ਾਰੀ ਮੂੰਹ ਆ ਇਹ ਸਾਰਿਆਂ ਨੂੰ ਨਜ਼ਰ ਆ ਰਿਹਾ ਇਹ ਹਕੀਕਤ ਨਹੀਂ ਹੈਗਾ ਕਈ ਵਾਰੀ ਸਾਡੇ ਵਿੱਚ ਜ਼ਿੰਦਗੀ ਦੇ ਤੇਜ ਹੁੰਦਾ ਕਿ ਅਸੀਂ ਕਿਹਾ ਦਾ ਲਾਉਂਦੇ ਸਾਰੀ ਜ਼ਿੰਦਗੀ ਇਸ ਬੰਦੇ ਦੀ ਅਸਰ ਇਨਸਾਨਾਂ ਦੇ ਅਸਲ ਚਿਹਰੇ ਤਲਾਸ਼ ਕਰੋ ਉਹਦਾ ਅਸਲ ਰੂਪ ਫੜ ਉਹ ਉਹਦਾ ਕਿਹੜਾ ਹਕੀਕੀ ਰੂਪ ਆ ਕਿਹੜਾ ਉਹਦਾ ਓਰੀਜਨਲ ਚਿਹਰਾ ਅਸਲ ਉਹ ਉਹਨੂੰ ਮੱਤੇ ਨਜ਼ਰ ਰੱਖ ਕੇ ਸਾਨੂੰ ਮੁਹੱਬਤ ਜਾਂ ਨਫ਼ਰਤ ਦੇ ਅਸੀਂ ਆਸ ਹੈ ਨਾ ਲੈਵਲ 'ਤੇ ਇਸ ਕ੍ਰਾਈਟੇਰੀਏ 'ਤੇ ਫਿਰ ਵੀ ਤਵੱਕੋ ਰੱਖੀ ਸਵਾਲ ਇਹ ਪੈਦਾ ਹੁੰਦਾ ਕਿ ਮਕਤਬਾ ਫਿਕਰ ਇਹ ਬੰਦਾ ਕਿਵੇਂ ਅਕਦਾਰ ਇਕੱਠੀਆਂ ਹੁੰਦੀਆਂ ਨੇ ਜਿਹਨੂੰ ਵੈਲਿਊਸ ਕਹਿੰਦੇ ਨੇ ਉਹ ਇਨਸਾਨ ਦਾ ਮਕਤਬਾ ਫਿਕਰ ਉਹ ਕਦਰਾਂ ਬਣਾਉਂਦੀਆਂ ਕਦਰਾਂ ਕਿੱਥੋਂ ਆਉਂਦੀਆਂ ਨੇ ਹੀਰੋਜ਼ ਤੋਂ ਆਉਂਦੀਆਂ ਨੇ ਆਈਡੀਅਲਸ ਤੋਂ ਆਉਂਦੀਆਂ ਨੇ ਸ਼ਖਸੀਅਤ ਤੋਂ ਆਉਂਦੀਆਂ ਨੇ ਪਰਸਨੈਲਿਟੀਜ਼ ਤੋਂ ਆਉਂਦੀਆਂ ਪਿੱਛੇ ਪਰਸਨੈਲਿਟੀ ਉਹ ਹੀਰੋ ਤੇ ਸਾਡਾ ਆਈਡੀਅਲ ਅਗਰ ਠੀਕ ਆ ਤਾਂ ਸਾਡਾ ਉੱਥੋਂ ਹਾਸਲ ਹੋ ਬਣਾਉਂਦੀਆਂ ਕਿਹੜੀਆਂ ਕਦਰਾਂ ਨੇ ਉਸ ਮਕਤਬਾ ਫਿਕਰ ਨੂੰ ਉਹ ਠੀਕ ਹੋਏ अगर वो ठीक हो जाते इंसान बहुत से आप मेडिकल को दिता है सानू अपने आप नू एक कई फाद के उदार पकड़ के तराश तराश करनी पैनी है अपने आप के स्वेस्ट नू पुट अप करना पैना है अपने आप की अकाउंटेबिलिटी करनी पैनी है कि यार मैं काफ की गल है नाल की रलिया ते हाल की नून ना रलिया हाल की हुई ਪੀਪੀ ਨਾ ਰਲਿਆ ਹਾਲ ਹੀ ਹੋਈ ਮੋਚੀ ਤੋਂ ਜ਼ਾਤ ਬਦਲ ਕੇ ਤੇਲੀ ਹੋ ਗਿਆ ਤੇ ਤੇਲੀਆਂ ਤੋਂ ਵਿਰਾਸੀ ਹੋ ਗਿਆ ਹਾਲ ਕੋਈ ਹੋਈ ਭਾਤੀਓ ਛੱਡ ਕੇ ਸੁੰਨੀ ਹੋ ਗਿਆ ਹਾਲ ਕੋਈ ਹੋਈ ਛੀਓ ਟੋਰ ਕੇ ਦੋ ਬੰਦੀ ਹੋ ਗਿਆ ਹਾਲ ਕੋਈ ਹੋਈ ਕਿਹੜਾ ਕੋਈ ਚੰਗੜਾ ਜੰਗੜ ਮਕਮਾ ਫਿਕਰ ਹੋ ਗਿਆ ਤੇ ਅੱਜ ਨੂੰ ਯਾਰ ਇਹ ਤੇ ਭੈੜੇ ਸਨ ਚਲੋ ਇਹ ਹੀ ਵਿਖਾ ਦੇ ਮਨ ਇਹ ਭੈੜੇ ਸਨ ਤੇ ਇਹ ਚੰਗੇ ਸਨ ਤੇ ਇਹ ਕੁਝ ਕਰਕੇ ਵਿਖਾ ਦੇ ਮਨ ਇਹ ਗਲੀਆਂ ਵਿੱਚ ਖੇਡਣ ਵਾਲਾ ਕੁੱਟੋ ਕੁੰਡੀ ਵਾਲਾ ਮੁੰਡਾ ਇੱਥੇ ਗੋਡੇ ਗੋਡੇ ਤੇ ਲੱਕ ਲੱਕ ਜਿੰਨੇ ਦਾੜੇ ਤੇ ਪਤਾ ਨਹੀਂ ਕੀ ਕੀ ਸੂਰਤ ਹੈ ਉਹਨੇ ਸਾਰਿਆਂ ਦੀ ਅਸੀਂ ਤੈਸੀ ਖੇਡਦੇ ਹਾਂ ਕੋਈ ਪੱਲੇ ਹੋ ਗਿਆ ਸਵਾਲ ਇਹ ਪੈਦਾ ਹੁੰਦਾ ਕਿ ਫਿਰ ਉਹ ਜਾਈਏ ਕਿਹੜੇ ਪਾਸੇ ਜਾਵਣ ਦਾ ਇੱਕੋ ਹੀ ਰਸਤਾ ਹੈ ਐ ਸਪੋਜ਼ ਕਿਹੜਾ ਤਾਜ਼ਾ ਤਾਜ਼ਾ ਸਕੈਂਡਲ ਚੱਲਦਾ ਪਿਆ ਹੈ ਉਹ ਸੜਕ ਤੇ ਜੁੱਤੀ ਲਾ ਲਈ ਤੇ ਸੁੱਖਣ ਮੇਰੇ ਤਰ੍ਹਾਂ ਕਰ ਲਈ ਉੱਚੀ ਤੇ ਪਿੱਛੇ ਜਨਾਨੀ ਲਾ ਲਈ ਤੇ ਮੱਥੇ ਟੇਕਦੇ ਆ ਗਏ ਕਿ ਇਹ ਮਕਤਬਾ ਫਿਕਰ ਹੈ ਤੇ ਮੋੜ ਸਾਡੇ ਕੰਨਾਂ ਦੇ ਪਾਵਾ
ਉਹ ਭਾਈ ਕਿਹੜੀ ਸਨਦ ਆ ਇਹਦੇ ਵਿੱਚ ਅਥੈਂਟੀਕੇਸ਼ਨ ਆ ਉਹ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਉਹ ਜ਼ਾਤ ਆ ਉੱਥੋਂ ਪੁੱਛਣਾ ਪੈਣਾ ਕਿ ਯਾ ਨਬੀ ਇਹ ਮੋੜ ਤੋਂ ਮੈਂ ਕਿਵੇਂ ਮੁੜਾਂ ਕੋਈ ਰਾਹ ਨੁਮਾਈ ਦਿੱਤੀ ਹੈ ਠੀਕ ਨਹੀਂ ਪਤਾ ਲੱਗਾ ਤੁਹਾਡੇ ਘਰ ਦੇ ਅਪਰਾਧ ਤੋਂ ਪੁੱਛਣਾ ਪੈਣਾ ਉਸ ਅਜ਼ੀਮ ਆਕਾ ਦੇ ਘਰ ਦੇ ਅਪਰਾਧ ਤੋਂ ਪੁੱਛਣਾ ਪੈਣਾ ਕਿ ਜਨਾਬ ਇੱਕ ਫਿਰ ਮੈਂ ਪਾਰਟੀ ਆ ਹੁਣ ਕੀ ਅਸੀਂ ਕਰਨਾ ਹੈ ਉੱਥੇ ਅਸੀਂ ਆਪਸ ਵਿੱਚ ਮੀਟਰ ਕਮਿਊਨੀਕੇਟ ਕਰਨਾ ਹੈ ਉਹਦੀ ਕੀ ਮਤਲਬ ਹੈ ਜਨਾਬ ਹੈ ਤੁਹਾਨੂੰ ਕਿੱਥੋਂ ਪਤਾ ਚੱਲੇਗਾ ਔਰ ਉਹ ਦੂਸਰੇ ਕਿਹੜੀਆਂ ਨਵੀਆਂ ਨਵੀਆਂ ਰਾਹਾਂ ਰਾਹਾਂ ਦੇ ਨਾਲ ਇਸ ਮੁਲਕ ਦੀ ਬਰਬਾਦੀ ਦਾ ਸਬਬ ਇਹ ਸਾਡੇ ਪਿੱਛੋਂ ਆਈਡੀਅਲਸ ਗਲਤ ਹੋ ਗਏ ਉਹਨਾਂ ਨੇ ਗਲਤ ਹੱਕਦਾਰ ਟ੍ਰਾਂਸਫਰ ਕਰ ਦਿੱਤੀਆਂ ਅੱਗੇ ਗਲਤ ਮਸਲਾ ਫਿਕਰ ਵਜੂਦ ਵਿੱਚ ਆ ਗਿਆ ਉਹਨਾਂ ਨੂੰ ਫਾਲੋ ਕਰਨ ਵਾਲੇ ਅਸੀਂ ਬਣ ਗਏ ਬੰਬ ਬਲਾਸਟ ਪੈਦਾ ਹੋ ਗਏ ਫੌਜ ਦੁਨੀਆ ਦੀ ਟਾਪ ਦੀ ਫੌਜ ਬੇਬਸ ਕਰ ਯਾਰ ਇਹ ਕਿਹੜਾ ਦੀਨ ਹੈ ਕਿਹਦੇ ਵਿੱਚ ਨਸਲ ਇਨਸਾਨੀ ਦਾ ਕਤਲ ਕਰਨਾ ਜੰਨਤ ਦਾ ਕੋਈ ਬਾਇਸ ਬਣਦਾ ਹੈ ਖੁਦਾ ਦਾ ਅਸੈਂਬਲੀ ਵਿੱਚ ਤਵੱਜੋ ਦੇ ਇੰਚਾਰਜ ਹਜ਼ਰਾ ਕੋਈ ਬੰਬ ਨਹੀਂ ਡੇਗਦਾ ਪਿਆ ਦੋ ਨੰਬਰ ਘੱਟ ਕੀ ਤੇ ਦੋ ਨੰਬਰ ਵੱਧ ਕੀ ਲੇਕਿਨ ਕੋਈ ਇਹੋ ਜਿਹਾ ਕੰਮ ਅਜ ਕੰਮ ਪ੍ਰੋਡਕਟ ਪੈਦਾ ਕਰੋ ਕਿਹੜੀ ਮਾਰਕੀਟ ਵਿੱਚ ਜਾਵੇ ਤੇ ਕੋ ਫਖਰ ਨਾਲ ਕਹਿ ਸਕੇ ਕਿ ਲਿੱਤਰ ਬਣਾਉਣ ਵਾਲੀ ਕੰਪਨੀ ਜਨਾਨੀ ਦੇ ਹੱਥ ਵਿੱਚ ਪਕੜਾ ਤੇ ਇੰਜ ਕੀਤੀ ਖੜੀ ਹੁੰਦੀ ਆ ਇਹ ਜੀ ਸਾਡੀ ਪ੍ਰੋਡਕਟ ਹੈ ਕੋਈ ਮੁਕਾਬਲੇ ਵਿੱਚ ਤੇ ਲੈ ਆਓ ਜੀ ਸਾਡੇ 22 ਕਰੋੜ ਵਿੱਚ ਐਸੀ ਪ੍ਰੋਡਕਟ ਕੋਈ ਨਹੀਂ ਪਤਾ ਨਹੀਂ ਮੌਲਾ ਨਬਦ ਉਸਤਾ ਇੱਦੀ ਵਗੈਰਾ ਪਤਾ ਨਹੀਂ ਵਿਚਾਰੇ ਕਿਧਰੋਂ ਧੱਕਿਆਂ ਦੇ ਮਾਰੇ ਆ ਗਏ